ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਰਿਲੀਜੀਅਸ ਸੈਗਮੈਂਟ ਵਿੱਚ। ਭਾਈ ਸ਼ਰਨਜੀਤ ਸਿੰਘ ਜੀ ਸਾਡੇ ਮਹਿਮਾਨ ਨੇ ਅਤੇ ਪਿਛਲੇ ਕੁਝ ਸਮੇਂ ਤੋਂ ਓਂਕਾਰ ਬਾਣੀ ਦੀ ਵਿਆਖਿਆ ਕਰ ਰਹੇ ਨੇ। 45ਵੀਂ ਪੌੜੀ ਵਿੱਚ ਗੁਰੂ ਸਾਹਿਬ ਕੀ ਉਪਦੇਸ਼ ਕਰਦੇ ਨੇ ਅਵਸਰਨ ਕਰਨੇ ਗਿਆਨੀ ਸ਼ਰਨਜੀਤ ਸਿੰਘ ਜੀ ਤੋਂ। ਗਿਆਨੀ ਜੀ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਪਾਵਨ ਬਾਣੀ ਓਂਕਾਰ ਬਾਣੀ ਗੁਰੂ ਨਾਨਕ ਪਾਤਸ਼ਾਹ ਨੇ ਉਚਾਰਨ ਕੀਤੀ ਹੈ ਪਿਛਲੇ ਕਾਫ਼ੀ ਸਮੇਂ ਤੋਂ ਉਹਦੀ ਵਿਚਾਰ ਆਪਾਂ ਕਰ ਰਹੇ ਹਾਂ, ਜਿਸ ਦੇ ਵਿੱਚ ਸਤਿਗੁਰੂ ਜੀ ਨੇ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਸਿਫਤ ਸਾਲਾ ਕਰਨ ਦਾ ਉਪਦੇਸ਼ ਦ੍ਰਿੜ ਕਰਵਾਇਆ ਹੈ। ਵਹਿਮਾਂ ਪਰਮਾਂ ਕਰਮਕਾਂਡਾਂ ਨਾਸ਼ ਕਰਦਿਆਂ ਸਤਿਗੁਰੂ ਜੀ ਕਿਰਪਾ ਕਰਦੇ ਹਨ ਭਾਈ, ਪ੍ਰਭੂ ਦੀ ਰਜ਼ਾ ਦੇ ਵਿੱਚ ਮਾਲਕ ਦੇ ਹੁਕਮ ਦੇ ਅਨੁਸਾਰ ਸੱਚਾਰ ਜੀਵਨ ਜਿਉਣ ਦੇ ਰਾਹ 'ਤੇ ਚੱਲ ਇਸ ਬੋਡੀ 'ਚ ਕਿਰਪਾ ਕਰਦੇ ਹਨ। ਲਸ਼ਕਰੀਆਂ ਕਰ ਸੰਭਲੇ ਆਏ ਵਜੋ ਲਿਖਾਏ, ਕਾਰ ਕਮਾਵੇ ਸਿਰ ਧਣੀ ਲਾਹਾ ਪੱਲੇ ਪਾਏ। ਲਸ਼ਕਰੀਆਂ ਦਾ ਭਾਵ ਹੈ ਸਿਪਾਹੀ। ਕਹਿਣ ਲੱਗੇ ਜਿਹੜੇ ਜੀਵ ਰੂਪ ਸਿਪਾਹੀ ਜਿਨ੍ਹਾਂ ਨੇ ਆਪਣਾ ਇਹ ਸਰੀਰ ਰੂਪੀ ਡੇਰਾ ਘਰ ਮੰਨ ਲਿਆ ਸੰਭਾਲ ਲਿਆ ਹੈ, ਉਹ ਇੰਝ ਜਾਣੋ ਅਕਾਲ ਪੁਰਖ ਪਰਮੇਸ਼ਰ ਪਾਸੋਂ ਆਪਣਾ ਰਿਜ਼ਕ ਰੋਜ਼ੀ ਲਿਖਵਾ ਕੇ ਆਏ ਹੋਏ ਹਨ। ਲਸ਼ਕਰੀਆਂ ਘਰ ਸੰਭਲੇ ਆਏ ਵਜੋ ਲਿਖਾਏ, ਕਾਰ ਕਮਾਵੇ ਸਿਰ ਧਣੀ ਲਾਹਾ ਪੱਲੇ ਪਾਏ। ਅਤੇ ਜਿਹੜੇ ਜੀਵ ਅਕਾਲ ਪੁਰਖ ਪਰਮੇਸ਼ਰ ਦੇ ਹੁਕਮ ਦੇ ਵਿੱਚ, ਧਣੀ ਦਾ ਮਤਲਬ ਸਵਾਮੀ ਖਸਮ ਪ੍ਰਭੂ, ਜੋ ਪ੍ਰਭੂ ਦੀ ਰਜ਼ਾ ਦੇ ਵਿੱਚ ਮਾਲਕ ਦਾ ਹੁਕਮ ਮੰਨਦੇ ਹੋਏ ਕਾਰ ਕਮਾਉਂਦੇ ਹਨ, ਸੱਚਾਰ ਜੀਵਨ ਜਿਉਂਦੇ ਹਨ, ਕਹਿਣ ਲੱਗੇ ਉਹ ਪਰਮਾਤਮਾ ਦੇ ਪਿਆਰੇ ਆਪਣੇ ਹਿਰਦੇ ਘਰ ਦੇ ਵਿੱਚ ਨਾਮ ਦਾ ਧਨ, ਨਾਮ ਦਾ ਲਾਹਾ ਪ੍ਰਾਪਤ ਕਰਦੇ ਹਨ। ਲਾਹਾ ਪੱਲੇ ਪਾਏ, ਸਤਿਗੁਰੂ ਕਹਿੰਦੇ ਨੇ ਭਾਈ ਇਹ ਨਾਮ ਦਾ ਲਾਹਾ ਉਹਨਾਂ ਨੇ ਹੀ ਪ੍ਰਾਪਤ ਕੀਤਾ ਹੈ ਜਿਨ੍ਹਾਂ ਨੇ ਮਾਲਕ ਦੀ ਰਜ਼ਾ ਵਿੱਚ ਹੁਕਮ ਦੇ ਅਨੁਸਾਰ ਸੱਚਾਰ ਜੀਵਨ ਜੀਵਿਆ ਹੈ। ਕਾਰ ਕਮਾਵੇਂ ਸਿਰ ਧਣੀ ਪਾਲ ਲਾਹਾ ਪੱਲੇ ਪਾਏ, ਉਹਨਾਂ ਨੂੰ ਨਾਮ ਦਾ ਸੁੱਖ, ਆਤਮਕ ਆਨੰਦ, ਦਇਆ ਧਰਮ, ਸਤ ਸੰਤੋਖ ਆਦਿਕ ਸ਼ੁਭ ਗੁਣਾਂ ਦਾ ਕੀਮਤੀ ਧਨ ਪ੍ਰਾਪਤ ਹੁੰਦਾ ਹੈ, ਜਿਹਦੇ ਨਾਲ ਉਹ ਪਰਮੇਸ਼ਰ ਦੇ ਪਿਆਰੇ ਸਦਾ ਆਨੰਦ ਦੇ ਵਿੱਚ ਸੱਚਾਰ ਜੀਵਨ ਜਿਉਂਦੇ ਹਨ। ਅਤੇ ਜਿਨ੍ਹਾਂ ਨੂੰ ਨਾਮ ਦਾ ਧਨ ਪ੍ਰਾਪਤ ਹੋਇਆ ਹੈ, ਨਾਮ ਦਾ ਰਸ ਪ੍ਰਾਪਤ ਹੋਇਆ ਹੈ, ਉਹਨਾਂ ਨੇ ਦੁਨੀਆਂ ਦੇ ਹੋਰ ਸਾਰੇ ਜੋ ਰਸ ਨੇ, ਚਸਕੇ ਨੇ, ਉਹ ਤਿਆਗ ਦਿੱਤੇ ਹਨ। ਲਭ ਲੋਭ ਬੁਰਿਆਈਆਂ ਛੋਡੇ ਮਨੋ ਵਿਸਾਰ, ਜਿਨ੍ਹਾਂ ਨੇ ਨਾਮ ਦਾ ਧਨ ਇਕੱਠਾ ਕੀਤਾ ਹੈ ਭਾਈ, ਉਹ ਪਰਮੇਸ਼ਰ ਦੇ ਪਿਆਰੇ ਦੁਨੀਆਂ ਦੇ ਚਸਕੇ, ਲਾਲਚ ਅਤੇ ਹੋਰ ਵਿਕਾਰ ਮਨ ਵਿੱਚੋਂ ਕੱਢ ਦਿੱਤੇ ਹਨ, ਕੱਢ ਦਿੰਦੇ ਹਨ। ਹੇ ਭਾਈ, ਜਿਨ੍ਹਾਂ ਨੇ ਨਾਮ ਨੂੰ ਪ੍ਰਾਪਤ ਕਰ ਲਿਆ, ਉਹਨਾਂ ਦੇ ਜੀਵਨ ਵਿੱਚ ਇਹ ਔਗਣ, ਇਹ ਐਬ ਨਹੀਂ ਰਹਿ ਸਕਦੇ। ਸਤਿਗੁਰੂ ਦੀ ਪਾਵਨ ਬਾਣੀ ਦੇ ਅੰਮ੍ਰਿਤ ਵਚਨ ਨੇ ਕਹਿਣ ਲੱਗੇ, ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ। ਜਦੋਂ ਅਕਾਲ ਪੁਰਖ ਪਰਮੇਸ਼ਰ, ਜੋ ਇਸ ਹਿਰਦੇ ਘਰ ਦਾ ਸਰੀਰ ਦਾ ਮਾਲਕ ਹੈ, ਜਦੋਂ ਇਸ ਘਰ ਵਿੱਚ ਆ ਕੇ ਵਸ ਜਾਂਦਾ ਹੈ, ਤਾਂ ਉਦੋਂ ਕਿਲ ਵਿਖਾਂ ਨੂੰ, ਪਾਪਾਂ ਨੂੰ, ਅਵਗੁਣਾਂ ਨੂੰ, ਵਿਸ਼ੇ ਵਿਕਾਰਾਂ ਨੂੰ ਰਹਿਣ ਵਾਸਤੇ ਥਾਂ ਨਹੀਂ ਮਿਲ ਸਕਦੀ। ਕਹਿਣ ਲੱਗੇ, ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ, ਦੂਤ ਹੈ ਦਹਿਨ ਭਇਆ ਗੋਬਿੰਦ ਪ੍ਰਗਟਾਇਆ। ਉਸਦੇ ਹਿਰਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਆਪ ਵਸ ਜਾਂਦਾ ਹੈ ਅਤੇ ਵਿਸ਼ੇ ਵਿਕਾਰਾਂ ਨੂੰ ਉਹ ਪਰਮੇਸ਼ਰ ਦੇ ਪਿਆਰੇ ਤਿਆਗ ਦਿੰਦੇ ਹਨ। ਅਤੇ ਉਹ ਇੰਝ ਜਾਣਦੇ ਹਨ, ਗੜ ਦੋਹੀ ਪਾਤਸ਼ਾਹ ਕੀ ਕਦੇ ਨਾ ਆਵੇ ਹਾਰ। ਜਿਨ੍ਹਾਂ ਨੇ ਵਿਸ਼ੇ ਵਿਕਾਰ ਚਸਕੇ ਤਿਆਗ ਦਿੱਤੇ ਹਨ ਅਤੇ ਜਿਨ੍ਹਾਂ ਨੇ ਗੜ ਦੋਹੀ ਆਪਣੇ ਇਸ ਸਰੀਰ ਰੂਪ ਕਿਲੇ ਦੇ ਵਿੱਚ, ਆਪਣੇ ਇਸ ਸਰੀਰ ਦੇ ਅੰਦਰ, ਦੋਹੀ ਦਾ ਮਤਲਬ ਪਰਮਾਤਮਾ ਦੇ ਨਾਮ ਦਾ ਜੈ ਜੈਕਾਰ ਕਰਨਾ, ਸਿਮਰਨ ਕਰਨਾ, ਜਿਨ੍ਹਾਂ ਨੇ ਪਰਮੇਸ਼ਰ ਦੇ ਗੁਣਾਂ ਨੂੰ ਆਪਣੇ ਹਿਰਦੇ 'ਚ ਵਸਾ ਕੇ ਰੱਖਿਆ, ਇਸ ਸਰੀਰ ਨੂੰ ਪਰਮਾਤਮਾ ਦੇ ਰਹਿਣ ਦੀ ਥਾਂ ਸੁੰਦਰ ਮੰਦਰ ਬਣਾ ਲਿਆ, ਕਹਿਣ ਲੱਗੇ ਉਹ ਪਰਮੇਸ਼ਰ ਦੇ ਪਿਆਰੇ ਮਨੁੱਖਾ ਜੀਵਨ ਦੀ ਬਾਜ਼ੀ ਨੂੰ ਕਦੇ ਵੀ ਹਾਰਦੇ ਨਹੀਂ। ਗੜ ਦੋਹੀ ਪਾਤਸ਼ਾਹ ਕੀ ਕਦੇ ਨਾ ਆਵੇ ਹਾਰ, ਉਹ ਕਦੇ ਕਾਮਾਦਿਕ ਵਿਸ਼ੇ ਵਿਕਾਰਾਂ ਦੇ ਮੁਕਾਬਲੇ 'ਤੇ ਹਾਰਦਾ ਨਹੀਂ, ਠੱਗਿਆ ਨਹੀਂ ਜਾਂਦਾ, ਕਿਉਂਕਿ ਜਿਸਨੇ ਆਪਣੇ ਸੁੰਦਰ ਇਸ ਸਰੀਰ ਨੂੰ ਪਰਮਾਤਮਾ ਦੇ ਰਹਿਣ ਦੀ ਥਾਂ ਬਣਾ ਲਈ, ਵਿਸ਼ੇ ਵਿਕਾਰ ਜੀ ਦੇ ਨੇੜੇ ਨਹੀਂ, ਉਹ ਮਨੁੱਖ ਪਰਮਾਤਮਾ ਦੀ ਖੁਸ਼ੀ ਦਾ ਪਾਤਰ ਬਣਦਾ ਹੈ, ਗੁਰੂ ਉਸਨੂੰ ਆਪ ਥਾਪੜਾ ਦਿੰਦਾ। ਜਿਵੇਂ ਸਤਿਗੁਰੂ ਕਹਿੰਦੇ ਨੇ, ਹੋਂ ਗੁਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦੁਮਾਨੜਾ, ਸਭ ਹੋਈ ਛੰਝ ਇਕੱਠੀਆ ਸਭ ਦਈ ਬੈਠਾ ਵੇਖੇ ਆਪ ਜੀਓ। ਕਹਿਣ ਲੱਗੇ, ਵਾਤ ਵਜਨ ਟਮਕ ਪੇਰੀਆਂ ਮਲ ਲੱਥੇ ਲੈਂਦੇ ਫੇਰੀਆਂ, ਕਹਿਣ ਲੱਗੇ ਨਿਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਢ ਜੀਓ। ਜਿਨ੍ਹਾਂ ਨੂੰ ਗੁਰੂ ਦਾ ਸ਼ਬਦ ਯਾਦ ਹੈ, ਗੁਰੂ ਦਾ ਉਪਦੇਸ਼ ਯਾਦ ਹੈ, ਇੰਝ ਜਾਣੋ ਗੁਰੂ ਨੇ ਵਿਸ਼ੇ ਵਿਕਾਰਾਂ ਦਾ ਮੁਕਾਬਲਾ ਕਰਨ ਵਾਸਤੇ ਉਹਨਾਂ ਨੂੰ ਬਲ ਤਾਕਤ ਆਪ ਬਖਸ਼ ਦਿੱਤੀ ਹੈ ਅਤੇ ਵਿਸ਼ੇ ਵਿਕਾਰਾਂ ਦੇ ਟਾਕਰੇ 'ਤੇ ਉਹ ਪਰਮੇਸ਼ਰ ਦੇ ਪਿਆਰੇ ਕਦੇ ਹਾਰਦੇ ਨਹੀਂ।
ਫਿਰ ਅੱਗੇ ਸਮਝਾਉਂਦੇ ਨੇ, ਇਹ ਤਾਂ ਪਰਮਾਤਮਾ ਦੇ ਪਿਆਰੇ ਜੋ ਪਰਮੇਸ਼ਰ ਦੀ ਰਜ਼ਾ ਵਿੱਚ ਮਾਲਕ ਦਾ ਹੁਕਮ ਮੰਨ ਕੇ ਸਿਮਰਨ ਕਰਕੇ ਸੱਚਿਆਰ ਜੀਵਨ ਜਿਉਂਦੇ ਨੇ, ਅਤੇ ਦੂਜੇ ਪਾਸੇ ਜੋ ਮਨੁੱਖ ਮਾਲਕ ਦੀ ਰਜ਼ਾ ਤੋਂ ਆਕੀ ਹੋਣ ਦੀ ਕੋਸ਼ਿਸ਼ ਕਰਦੇ ਨੇ, ਪਰਮਾਤਮਾ ਦੇ ਹੁਕਮ ਵਿੱਚ ਨਹੀਂ ਚੱਲਦੇ, ਉਹਨਾਂ ਦੇ ਬਾਰੇ ਕਹਿੰਦੇ ਨੇ, ਚਾਕਰ ਕਹੀਏ ਖਸਮ ਕਾ ਸੋਹੇ ਉੱਤਰ ਦੇ। ਕਹਿਣਗੇ ਉਂਝ ਤਾਂ ਮਨੁੱਖ ਆਪਣੇ ਆਪ ਨੂੰ ਇਹ ਆਖਦਾ ਕਿ ਮੈਂ ਆਪਣੇ ਮਾਲਕ ਪਰਮੇਸ਼ਰ ਦਾ ਨੌਕਰ ਹਾਂ, ਸੇਵਕ ਹਾਂ, ਗੁਲਾਮ ਹਾਂ। ਪਰ ਜੇ ਕੋਈ ਨੌਕਰ ਆਪਣੇ ਮਾਲਕ ਦੇ ਅੱਗੇ ਨਾ ਨੁਕਰ ਕਰਦਾ ਹੋਵੇ, ਉਹਦੀ ਗੱਲ ਨਾ ਮੰਨਦਾ ਹੋਵੇ, ਤਾਂ ਭਾਈ ਉਹਨੂੰ ਇੱਜ਼ਤ ਨਹੀਂ ਮਿਲਦੀ, ਉਹਨੂੰ ਰੋਜ਼ੀ ਵੀ ਨਹੀਂ ਮਿਲਦੀ, ਉਹਨੂੰ ਕੋਈ ਲਾਭ ਪ੍ਰਾਪਤ ਨਹੀਂ ਹੋ ਸਕਦਾ। ਚਾਕਰ ਕਹੀਏ ਖਸਮ ਕਾ ਸੋਹੇ ਉੱਤਰ ਦੇ, ਸੋਹੇ ਦਾ ਭਾਵ ਹੈ ਸਾਹਮਣੇ ਤੋਂ ਅੱਗੇ, ਅੱਗੇ ਬੋਲੇ, ਅੱਗੇ ਨਾ ਨੁਕਰ ਕਰੇ, ਗੱਲ ਨਾ ਮੰਨੇ। ਕਹਿਣ ਲੱਗੇ ਐਸਾ ਉਹ ਮਨੁੱਖ ਵਜੋ ਗਵਾਏ ਆਪਣਾ ਤਖ਼ਤ ਨਾ ਬੈਸੇ ਸੇ, ਐਸੇ ਉਹ ਮਨੁੱਖ ਹੈ ਭਾਈ ਆਪਣੀ ਤਨਖਾਹ ਵਜੋਂ ਦਾ ਭਾਵ ਤਨਖਾਹ ਰੋਜ਼ੀ ਨਾਮਾ ਆਪਣੀ ਤਨਖਾਹ ਵੀ ਗਵਾ ਲੈਂਦੇ ਨੇ, ਅਤੇ ਹੇ ਭਾਈ ਤਖ਼ਤ ਨਾ ਬੈਸੇ ਸੇ ਦਾ ਭਾਵ ਹੈ ਕਿ ਉਹ ਪਰਮਾਤਮਾ ਦੇ ਨਾਲ ਇੱਕਮਿਕ ਨਹੀਂ ਹੋ ਸਕਦੇ, ਪਰਮੇਸ਼ੁਰ ਦੀ ਖੁਸ਼ੀ ਦੇ ਪਾਤਰ ਨਹੀਂ ਬਣ ਸਕਦੇ। ਵਜੋ ਗਵਾਏ ਆਪਣਾ ਤਖ਼ਤ ਨਾ ਬੈਸੇ ਸੇ, ਉਹ ਮਨੁੱਖ ਪ੍ਰਭੂ ਦੀ ਖੁਸ਼ੀ ਦੇ ਪਾਤਰ ਨਹੀਂ ਬਣ ਸਕਦੇ, ਮਾਲਕ ਤੋਂ ਉਹਨਾਂ ਦੀ ਦੂਰੀ ਬਣੀ ਰਹਿੰਦੀ ਹੈ, ਕਿਉਂਕਿ ਉਹ ਮਾਲਕ ਦੇ ਹੁਕਮ ਦੇ ਵਿੱਚ ਨਹੀਂ ਚੱਲਦੇ, ਅੱਗੇ ਨਾ ਨੁਕਰ ਕਰਦੇ ਨੇ, ਹੁਕਮ ਨਹੀਂ ਮੰਨਦੇ। ਔਰ ਸਤਿਗੁਰੂ ਜੀ ਇਹ ਕਿਰਪਾ ਕਰਦੇ ਨੇ ਪਾਵਨ ਬਾਣੀ ਵਿੱਚ ਕਿ ਉਂਝ ਕਹਿਣ ਨੂੰ ਤਾਂ ਹਰ ਮਨੁੱਖ ਕਹਿੰਦਾ ਕਿ ਮੈਂ ਬੜਾ ਵੱਡਾ ਭਗਤ ਹਾਂ, ਬੜਾ ਵੱਡਾ ਧਰਮੀ ਹਾਂ, ਮੈਂ ਗੁਰਸਿੱਖ ਹਾਂ, ਮੈਂ ਭਗਤ ਹਾਂ, ਮੈਂ ਪ੍ਰੇਮੀ ਹਾਂ, ਪਰ ਅਸਲ ਦੇ ਵਿੱਚ ਜਦੋਂ ਗੱਲ ਮੰਨਣ ਦੀ ਆਉਂਦੀ ਹੈ, ਰਜ਼ਾ ਦੇ ਵਿੱਚ ਆਉਣ ਦੀ ਆਉਂਦੀ ਹੈ, ਜਦੋਂ ਆਪਣਾ ਆਪਾ ਤਿਆਗਣ ਦੀ ਗੱਲ ਆਉਂਦੀ, ਉਦੋਂ ਪਤਾ ਲੱਗਦਾ ਕਿ ਅਸਲ ਵਿੱਚ ਮਨੁੱਖ ਕਿੰਨਾ ਕੁ ਵੱਡਾ ਸਿੱਖ ਹੈ, ਇਹ ਕਿੰਨਾ ਵੱਡਾ ਭਗਤ ਹੈ। ਸਤਿਗੁਰੂ ਜੀ ਪਾਵਨ ਬਾਣੀ 'ਚ ਕਿਰਪਾ ਕਰਦੇ ਨੇ ਕਿ ਜੋ ਮਨੁੱਖ ਅੱਗੇ ਮਾਲਕ ਦੇ ਹੁਕਮ ਦਿੰਦਾ ਹੈ, ਉਸ ਮਨੁੱਖ ਦੀ ਨਮਸਕਾਰ ਕਰਨ, ਮਾਲਕ ਦਾ ਹੁਕਮ ਨਹੀਂ ਮੰਨਦਾ, ਉਹਦੀ ਨਮਸਕਾਰ ਕਰਨੀ ਵੀ ਅਤੇ ਉਹਦਾ ਜਵਾਬ ਦੇਣਾ, ਦੋਵੇਂ ਹੀ ਗੱਲਾਂ ਫਜ਼ੂਲ ਨੇ, ਬੇਕਾਰ ਨੇ। ਇਸ ਕਰਕੇ ਹੀ ਭਾਈ ਮਨ ਕਰਕੇ, ਭਾਵਨਾ ਕਰਕੇ, ਅਕਾਲ ਪੁਰਖ ਪਰਮੇਸ਼ੁਰ ਗੁਰੂ ਪਰਮੇਸ਼ੁਰ ਦੇ ਹੁਕਮ ਵਿੱਚ ਰਹਿ, ਉਸਦੇ ਸਿਮਰਨ ਵਿੱਚ ਰਹਿ, ਤਾਂ ਜੋ ਤੇਰਾ ਜੀਵਨ ਸੌਖਾ ਬਣਿਆ ਰਹਿ ਸਕੇ, ਤੈਨੂੰ ਸੁੱਖ ਮਿਲਦਾ ਰਹੇ। ਵਜੋ ਗਵਾਏ ਆਪਣਾ ਤਖ਼ਤ ਨਾ ਬੈਸੇ ਸੇ, ਫਿਰ ਪਾਤਸ਼ਾਹ ਕਹਿੰਦੇ ਨੇ, ਪ੍ਰੀਤਮ ਹੱਥ ਵਡਿਆਈਆਂ ਜੈ ਭਾਵੈ ਤੈ ਦੇ। ਪਰ ਹੇ ਭਾਈ ਪਰਮੇਸ਼ੁਰ ਦੀ ਸਿਫ ਸਲਾਹ ਕਰਨ ਦਾ ਜੋ ਕਰਨ ਦੀ ਜੋ ਦਾਤ ਹੈ, ਪਰਮਾਤਮਾ ਦੇ ਗੁਣ ਗਾਉਣ ਦੀ ਜੋ ਦਾਤ ਹੈ, ਇਹ ਦਾਤ ਉਸ ਮਾਲਕ ਦੇ ਆਪਣੇ ਹੱਥ ਦੇ ਵਿੱਚ ਹੈ। ਪ੍ਰੀਤਮ ਹੱਥ ਵਡਿਆਈਆਂ ਜੈ ਭਾਵੈ ਤੈ ਦੇ। ਜੋ ਮਨੁੱਖ ਉਸ ਮਾਲਕ ਨੂੰ ਭਾ ਜਾਂਦਾ ਹੈ, ਜੋ ਰਜ਼ਾ ਵਿੱਚ ਚੱਲਦਾ ਹੈ, ਕਹਿਣ ਲੱਗੇ ਉਸਨੂੰ ਉਹ ਮਾਲਕ ਆਪਣੀ ਸਿਫ ਸਲਾਹ ਦੀ ਦਾਤ ਬਖਸ਼ਿਸ਼ ਕਰਦਾ ਹੈ। ਅੰਮ੍ਰਿਤ ਬਾਣੀ ਵਿੱਚ ਸਤਿਗੁਰੂ ਕਹਿੰਦੇ ਨੇ ਕਿ ਜਦੋਂ ਅਕਾਲ ਪੁਰਖ ਪਰਮੇਸ਼ੁਰ ਕਿਸੇ ਮਨੁੱਖ 'ਤੇ ਤਰੁੱਠਦਾ ਹੈ, ਪ੍ਰਸੰਨ ਹੁੰਦਾ ਹੈ, ਤਾਂ ਉਸ ਮਨੁੱਖ ਨੂੰ ਸਭ ਤੋਂ ਵੱਡੀ ਜੋ ਦਾਤ ਦਿੰਦਾ ਹੈ, ਉਹ ਦਾਤ ਹੈ ਪਰਮਾਤਮਾ ਆਪਣੀ ਸਿਫ ਸਲਾਹ ਕਰਨ ਦਾ ਲਾਲਚ, ਇੱਛਾ ਉਹਦੇ ਮਨ ਵਿੱਚ ਪੈਦਾ ਕਰ ਦਿੰਦਾ ਹੈ। ਆਮ ਤੌਰ 'ਤੇ ਸਾਡੀ ਜੋ ਭਾਵਨਾ ਹੈ ਉਹ ਇੰਝ ਰਹਿੰਦੀ ਹੈ ਕਿ ਜੇ ਕਿਸੇ ਬੰਦੇ ਨੂੰ ਪੁੱਛੋ ਕਿ ਹਾਲ ਚਾਲ ਭਾਈ, ਉਹ ਕਹਿੰਦਾ ਮਾਲਕ ਦੀ ਬੜੀ ਕਿਰਪਾ। ਉਹਦਾ ਕਿਰਪਾ ਦਾ ਮਤਲਬ ਕਿ ਮੇਰੇ ਕੋਲ ਪੈਸੇ ਚਾਰ ਵਧੀਆ ਨੇ, ਰਹਿਣ ਨੂੰ ਘਰ ਬੜਾ ਵਧੀਆ, ਸਭ ਕੁਝ ਹੈ, ਉਹਦਾ ਧੰਨ ਪਾਸੇ ਵਾਲੀ ਗੱਲ ਹੁੰਦੀ। ਪਰ ਸਤਿਗੁਰੂ ਬਾਣੀ 'ਚ ਕਹਿੰਦੇ ਨੇ ਭਾਈ ਜਿਸ 'ਤੇ ਮਾਲਕ ਦੀ ਕਿਰਪਾ ਹੋਈ, ਉਹਦੇ ਮਨ ਵਿੱਚ ਪਰਮਾਤਮਾ ਦਾ ਸ਼ੁਕਰ ਕਰਨ ਦਾ, ਧੰਨਵਾਦ ਕਰਨ ਦਾ, ਸਿਫ ਸਲਾਹ ਕਰਨ ਦੀ ਇੱਛਾ ਜਾਗਰਤ ਹੁੰਦੀ ਹੈ। ਪਾਵਨ ਬਾਣੀ 'ਚ ਪਾਤਸ਼ਾਹ ਦੇ ਬਚਨ ਨੇ, ਕਹਿਣ ਲੱਗੇ ਸਾਚਾ ਨਿਰੰਕਾਰ ਨਿਜ ਥਾਏ ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੇ ਤਮਾਏ। ਉਹ ਨਿਰੰਕਾਰ ਪਰਮੇਸ਼ੁਰ ਜੋ ਆਪਣੇ ਆਪ ਦੇ ਵਿੱਚ ਸਦਾ ਰਹਿਣ ਵਾਲਾ, ਆਪਣੇ ਆਪ ਵਿੱਚ ਟਿਕਿਆ ਹੋਇਆ ਹੈ ਭਾਈ, ਜੇ ਕਿਸੇ 'ਤੇ ਉਹ ਕਿਰਪਾਲੂ ਹੋ ਜਾਏ ਤਾਂ ਉਸਦੇ ਮਨ ਵਿੱਚ ਇੱਛਾ ਪੈਦਾ ਕਰ, ਜੇ ਭਾਵੈ ਕਰੇ ਤਮਾਏ, ਸਿਫ ਸਲਾਹ ਕਰਨ ਦੀ ਤਮਾ ਪੈਦਾ ਕਰ ਦਿੰਦਾ ਹੈ। ਆਪ ਕਰੇ ਕਿਸ ਆਖੀਏ ਅਵਰ ਨਾ ਕੋਈ ਕਰੇ। ਹੇ ਭਾਈ ਉਸ ਮਾਲਕ ਤੋਂ ਅੱਗੇ ਕਿਸੇ ਦੂਜੇ ਦੇ ਅੱਗੇ ਜਾ ਕੇ ਅਰਦਾਸ ਨਹੀਂ ਕੀਤੀ ਜਾ ਸਕਦੀ, ਪੁਕਾਰ ਨਹੀਂ ਕੀਤੀ ਜਾ ਸਕਦੀ, ਕਿਉਂਕਿ ਸਭ ਕੁਝ ਕਰਨ ਵਾਲਾ ਉਹ ਪਰਮੇਸ਼ੁਰ ਆਪਣੇ ਆਪ ਹੀ ਹੈ। ਹੇ ਭਾਈ ਇਸ ਕਰਕੇ ਉਸ ਪ੍ਰਭੂ ਦੀ ਰਜ਼ਾ ਵਿੱਚ, ਉਸਦੇ ਹੁਕਮ ਵਿੱਚ ਚੱਲ, ਅਤੇ ਉਹ ਮਾਲਕ ਦੀ ਵਡਿਆਈ ਕਰ, ਸਿਫ ਸਲਾਹ ਕਰ, ਤਾਂ ਜੋ ਤੇਰਾ ਜੀਵਨ ਸੱਚਾਰ ਬਣ ਸਕੇ, ਤੈਨੂੰ ਆਤਮਕ ਆਨੰਦ ਪ੍ਰਾਪਤ ਹੋ ਸਕੇ। ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਆਤਮਕ ਆਨੰਦ ਵਾਸਤੇ ਤੁਹਾਨੂੰ ਉਸਦੀ ਰਜ਼ਾ ਵਿੱਚ ਚੱਲਣਾ ਪਏਗਾ, ਰੱਬ ਦੀ ਰਜ਼ਾ ਦੇ ਵਿੱਚ ਜਦੋਂ ਅਸੀਂ ਚੱਲਣਾ ਸ਼ੁਰੂ ਕਰ ਦਾਂਗੇ ਤਾਂ ਫਿਰ ਸਾਡੀਆਂ ਸਾਰੀਆਂ ਖੁਸ਼ੀਆਂ ਖਤਮ ਹੋ ਜਾਣਗੀਆਂ, ਕਿਉਂਕਿ ਸਾਨੂੰ ਕੋਈ ਆਸ ਨਹੀਂ ਹੋਏਗੀ, ਸਾਡਾ ਵਿਸ਼ਵਾਸ ਜਿਹੜਾ ਉਹ ਪ੍ਰਬੰਧ ਹੋਏਗਾ ਕਿ ਜੋ ਵਾਹਿਗੁਰੂ ਕਰੇਗਾ ਸਾਡੇ ਵਾਸਤੇ ਚੰਗਾ ਹੀ ਕਰੇਗਾ। ਜੀ ਜੀ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਜੀ, ਅੱਗੇ ਗੁਰੂ ਸਾਹਿਬ ਕੀ ਕਹਿੰਦੇ ਨੇ ਇਸ ਬਾਰੇ ਆਪ ਜੀ ਤੋਂ ਜਾਣਕਾਰੀ ਲੈਣੇ। ਕੈਨੇਡਾ ਵਿੱਚ ਰਹਿੰਦੇ ਹੋਏ ਜੇਕਰ ਭਾਰਤ ਵਿੱਚ ਆਪਣੀ ਪ੍ਰਾਪਰਟੀ ਬਾਰੇ ਚਿੰਤਤ ਹੋ ਤਾਂ ਹੁਣ ਫਿਕਰ ਲਾ ਦਿਓ। NRI Solutions Limited ਤੁਹਾਨੂੰ ਸਹੀ ਸਲਾਹ ਦੇ ਕੇ ਆਪਣੇ ਵਕੀਲਾਂ ਰਾਹੀਂ
ਬਹੁਤ ਸਾਰੀਆਂ ਸੇਵਾਵਾਂ ਦੇ ਰਹੇ ਹਨ, ਜਿਵੇਂ ਕਿ ਜ਼ਮੀਨ ਦੀ ਭਾਲ, ਜ਼ਮੀਨੀ ਹੱਕ ਦਾ ਤਬਾਦਲਾ, ਜ਼ਮੀਨੀ ਵੰਡ, ਗੈਰ ਕਾਨੂੰਨੀ ਤਰੀਕੇ ਨਾਲ ਵੇਚੀ ਜ਼ਮੀਨ ਸੰਬੰਧੀ ਮਾਲਕਾਂ ਅਤੇ ਕਿਰਾਏਦਾਰਾਂ ਦਾ ਝਗੜਾ, ਵਸੀਅਤ ਜਾਂ ਫਿਰ ਜਾਇਦਾਦ ਖਰੀਦਣੀ ਜਾਂ ਵੇਚਣੀ ਹੋਵੇ, ਤਾਂ ਫਿਰ ਯਾਦ ਰੱਖੋ NRI ਸੋਲਿਊਸ਼ਨਜ਼ ਲਿਮਿਟਡ ਨੂੰ 604-580-1000। ਸੋ ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਰਿਲੀਜੀਅਸ ਸੈਗਮੈਂਟ ਵਿੱਚ। ਭਾਈ ਸ਼ਰਨਜੀਤ ਸਿੰਘ ਜੀ ਸਾਡੇ ਨਾਲ ਸਾਂਝ ਪਾ ਰਹੇ ਨੇ ਅਤੇ ਓਂਕਾਰ ਬਾਣੀ ਵਿੱਚ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਕਰਦੇ ਨੇ ਉਸ ਦੇ ਬਾਰੇ ਜਾਣਕਾਰੀ ਦੇ ਰਹੇ ਨੇ। 45ਵੀਂ ਪੌੜੀ ਦੇ ਵਿੱਚ ਜੋ ਸਾਹਿਬ ਗੁਰੂ ਸਾਹਿਬ ਨੇ ਕਿਹਾ ਉਸ ਬਾਰੇ ਵਿਆਖਿਆ ਕਰਕੇ ਸਾਨੂੰ ਸਰਵਣ ਕਰਵਾਇਆ ਬ੍ਰੇਕ ਤੋਂ ਪਹਿਲਾਂ। ਅੱਗੇ ਗੁਰੂ ਸਾਹਿਬ ਕੀ ਕਹਿੰਦੇ ਨੇ, ਕਿਸ ਤਰੀਕੇ ਨਾਲ ਅਸੀਂ ਆਪਣੇ ਜੀਵਨ ਵਿੱਚ ਗੁਰਬਾਣੀ ਨੂੰ ਆਧਾਰ ਬਣਾਉਣਾ ਹੈ, ਆਓ ਜਾਣਕਾਰੀ ਲੈਂਦੇ ਹਾਂ ਭਾਈ ਸ਼ਰਨਜੀਤ ਸਿੰਘ ਜੀ ਤੋਂ। ਜੀ ਭਾਈ ਸਾਹਿਬ ਜੀ, 46ਵੀਂ ਪੌੜੀ ਵਿੱਚ ਸਤਿਗੁਰੂ ਕਿਰਪਾ ਕਰਦੇ ਨੇ, ਇਸ ਸੰਸਾਰ ਦੇ ਵਿੱਚ ਐਸਾ ਹੋਰ ਕੋਈ ਦੂਜਾ ਨਹੀਂ ਜੋ ਸਦਾ ਰਹਿ ਸਕੇ। ਰਾਈਟ। ਇੱਕ ਅਕਾਲ ਪੁਰਖ ਪਰਮੇਸ਼ਰ ਹੀ ਹੈ ਜੋ ਸਦਾ ਰਹਿਣ ਵਾਲਾ ਹੈ, ਹਮੇਸ਼ਾ ਹਮੇਸ਼ਾ ਵਾਸਤੇ ਹੈ। ਇਸ ਕਰਕੇ ਹੈ ਭਾਈ, ਤੂੰ ਕੇਵਲ ਅਤੇ ਕੇਵਲ ਉਸ ਮਾਲਕ ਦਾ ਹੀ ਆਸਰਾ ਲੈ, ਉਸਨੂੰ ਛੱਡ ਕੇ ਕਿਸੇ ਹੋਰ ਪਾਸੇ ਧਿਆਨ ਨਾ ਕਰ। ਕਹਿੰਦੇ ਨੇ, ਬੀਜੋ ਸੂਝੈ ਕੋ ਨਹੀਂ ਬਹਿ ਦੁਲੀਚਾ ਪਾਏ। ਬੀਜੋ ਦਾ ਭਾਵ ਹੈ ਦੂਜਾ, ਦੂਸਰਾ ਕੋਈ ਹੋਰ। ਜੀ। ਸੂਝੈ ਨਜ਼ਰ ਨਹੀਂ ਆਉਂਦਾ, ਸਮਝ ਨਹੀਂ ਆਉਂਦਾ। ਬਹਿ ਦੁਲੀਚਾ ਪਾਏ, ਜੋ ਇੱਥੇ ਆਪਣਾ ਤਖ਼ਤ ਲਾ ਕੇ ਬਹਿ ਸਕੇ। ਹੇ ਭਾਈ, ਹੇ ਪਾਂਡੇ, ਮੈਨੂੰ ਐਸਾ ਹੋਰ ਕੋਈ ਦੂਜਾ ਨਜ਼ਰ ਨਹੀਂ ਆਉਂਦਾ ਜੋ ਇਸ ਸੰਸਾਰ ਵਿੱਚ ਸਦਾ ਵਾਸਤੇ ਰਹਿ ਸਕਦਾ ਹੋਵੇ, ਜਿਸ ਦਾ ਆਸਣ ਅਡੋਲ ਹੋਵੇ। ਐਸਾ ਹੋਰ ਕੋਈ ਨਜ਼ਰ ਨਹੀਂ ਆਉਂਦਾ। ਕਿਉਂਕਿ ਸਤਿਗੁਰੂ ਪਾਵਨ ਬਾਣੀ ਸਮਝਾਉਂਦੇ ਨੇ ਭਾਈ, ਰਾਣਾ ਰਾਵਣਾ ਕੋ ਰਹਿ ਰੰਗਨਾ ਤੁੰਗ ਫਕੀਰ, ਜਾਂ ਰਾਮ ਗਇਓ ਰਾਵਣ ਗਇਓ, ਕੋਈ ਵੀ ਸਦੀ ਵੀ ਨਹੀਂ ਹੈ। ਬੀਜੋ ਸੂਝੈ ਕੋ ਨਹੀਂ ਬਹਿ ਦੁਲੀਚਾ ਪਾਏ, ਨਰਕ ਨਿਵਾਰਨ ਨਰਹ ਨਰ ਸਾਚੋ ਸਾਚੇ ਨਾਏ। ਹੇ ਭਾਈ, ਦੁਨੀਆਂ ਦੇ ਜੀਵਾਂ ਦੇ ਨਰਕ, ਨਰਕ ਦਾ ਭਾਵ ਹੈ ਦੁੱਖ, ਜੀਵਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਲਾ, ਨਿਵਾਰਨ ਦੂਰ ਕਰਨ ਵਾਲਾ, ਨਰਹ ਨਰ ਅਕਾਲ ਪੁਰਖ ਪਰਮੇਸ਼ਰ, ਸਾਰੇ ਜੀਵਾਂ ਦੇ ਅੰਦਰ ਸਮਾਇਆ ਹੋਇਆ ਉਹ ਪਰਮੇਸ਼ਰ ਆਪ ਹੀ ਜੀਵਾਂ ਦੇ ਦੁੱਖਾਂ ਨੂੰ ਦੂਰ ਕਰਨ ਦੇ ਸਮਰੱਥ ਹੈ। ਸਾਚੋ ਸਾਚੇ ਨਾਏ, ਉਹ ਸਦਾ ਥਿਰ ਪਰਮੇਸ਼ਰ ਨਾਮ ਦੇ ਰਾਹੀਂ, ਆਪਣੀ ਸਿਫ਼ ਸਲਾਹ ਦੇ ਰਾਹੀਂ, ਸਿਮਰਨ ਦੇ ਰਾਹੀਂ ਜੀਵਾਂ ਦੇ ਦੁੱਖਾਂ ਨੂੰ ਦੂਰ ਕਰਨ ਦੇ ਸਮਰੱਥ ਹੈ। ਹੁਣ ਇੱਥੇ ਇੱਕ ਸਵਾਲ ਆਉਂਦਾ ਭਾਈ ਸਾਹਿਬ, ਬਾਣੀ 'ਚ ਵਾਰ ਵਾਰ ਜੋ ਲਿਖਿਆ ਗਿਆ, ਅਸੀਂ ਵੀ ਇਹ ਪੜ੍ਹਦੇ ਅਤੇ ਸ਼ਾਇਦ ਅਸੀਂ ਵੀ ਰੱਬ ਨੂੰ ਹੁਣ ਇਸੀ ਕਰਕੇ ਮੰਨਣਾ ਸ਼ੁਰੂ ਕਰਤਾ ਕਿ ਬਈ ਸਾਡੇ ਦੁੱਖ ਜਿਹੜੇ ਨੇ ਉਹ ਮਿਟ ਜਾਣਗੇ ਜੇਕਰ ਮੈਂ ਰੱਬ ਨੂੰ ਪੂਜਦਾ ਹੈਗਾ। ਜੀ। ਕੀ ਗੁਰਬਾਣੀ ਦੇ ਵਿੱਚ ਜਿੱਥੇ ਵੀ ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਤੁਹਾਡੇ ਦੁੱਖ ਕਲੇਸ਼ ਮਿਟ ਜਾਣਗੇ ਗੁਰਬਾਣੀ ਨੂੰ ਪੜ੍ਹ ਕੇ ਜਾਂ ਗੁਰਬਾਣੀ ਨਾਲ ਜੁੜ ਕੇ, ਜੀ ਕੀ ਗੁਰੂ ਸਾਹਿਬ ਉਹ ਇੰਡੀਕੇਸ਼ਨ ਦੇ ਰਹੇ ਨੇ ਜਾਂ ਇਸ ਵਿੱਚੋਂ ਕੀ ਮੈਸੇਜ ਕੀ ਮਿਲ ਰਿਹਾ? ਕਿਉਂਕਿ ਅੱਜ ਅਸੀਂ ਧਰਮ ਨੂੰ ਸਿਰਫ ਇਹ ਬਣਾ ਲਿਆ ਕਿ ਅਸੀਂ ਪੂਜਦੇ ਇਸ ਕਰਕੇ ਕਿ ਜੀ ਮੇਰੇ ਕੋਲ ਪੈਸਾ ਆ ਜਾਏ, ਮੇਰੇ ਦੁੱਖ ਕਲੇਸ਼ ਖਤਮ ਹੋ ਜਾਣ, ਮੇਰੇ ਸਭ ਜਿਹੜੇ ਪ੍ਰੋਬਲਮਸ ਨੇ ਉਹ ਖਤਮ ਹੋਣ, ਜਦਕਿ ਇਸ ਤਰ੍ਹਾਂ ਨਹੀਂ ਹੁੰਦਾ, ਹਕੀਕਤ ਵਿੱਚ ਕੁਝ ਹੋ ਰਿਹਾ। ਜੀ। ਸੋ ਕੀ ਗੁਰੂ ਸਾਹਿਬ ਅਸਲ ਵਿੱਚ ਕਹਿ ਰਹੇ ਨੇ? ਬਿਲਕੁਲ, ਇਹ ਗੱਲ ਤੁਸੀਂ ਮੇਰੇ ਧਿਆਨ ਵਿੱਚ ਲਿਆਤੀ ਨਾਲ, ਇੱਥੇ ਜੋ ਦੁੱਖਾਂ ਦੀ ਜਦੋਂ ਗੁਰਬਾਣੀ 'ਚ ਗੱਲ ਆਉਂਦੀ, ਮੈਂ ਵੀ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਹੈ। ਜੀ। ਉਹ ਹੈ ਦੁੱਖ, ਆਤਮਕ ਦੁੱਖ, ਜੋ ਔਗੁਣਾਂ ਦੇ ਪਿੱਛੇ ਪੈ ਕੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਵਸ ਵਿੱਚ ਹੋ ਕੇ ਸੱਚ ਨੂੰ ਕਿਨਾਰਾ ਦੇ ਕੇ ਜੋ ਮਨੁੱਖ ਬੁਰੇ ਕਰਮਾਂ ਵਿੱਚ ਪੈਂਦਾ, ਉਹਦੇ ਨਾਲ ਜੋ ਆਤਮਕ ਰੋਗ ਮਨੁੱਖ ਦੇ ਜੀਵਨ ਨੂੰ ਲੱਗਦੇ ਹਨ, ਉਹਨਾਂ ਤੋਂ ਗੁਰਬਾਣੀ ਮਨੁੱਖ ਦਾ ਛੁਟਕਾਰਾ ਕਰਾ ਦਿੰਦੀ ਹੈ। ਜਿੱਥੇ ਵੀ ਗੁਰਬਾਣੀ ਸ਼ਬਦ ਆਉਂਦਾ ਦੁੱਖ ਦੂਰ ਕਰਨ ਵਾਲੀ ਗੱਲ, ਤਾਂ ਉਹ ਇਹੀ ਹੈ ਕਿ ਆਤਮਕ ਦੁੱਖ ਗੁਰਬਾਣੀ ਪੜ੍ਹਨ ਦੇ ਨਾਲ, ਪਰਮਾਤਮਾ ਦੀ ਯਾਦ ਵਿੱਚ ਜੁੜਨ ਦੇ ਨਾਲ ਦੂਰ ਹੁੰਦੇ ਹਨ। ਆਤਮਕ ਤੌਰ 'ਤੇ ਮਨੁੱਖ ਸੁਖੀ ਹੁੰਦਾ ਹੈ। ਅਤੇ ਜਿਹੜੇ ਸਰੀਰਕ ਰੋਗ ਨੇ, ਜਿਵੇਂ ਅੱਜ ਕੱਲ੍ਹ ਕਈ ਸੰਸਥਾਵਾਂ ਬਣੀਆਂ ਹੋਈਆਂ ਕਿ ਤੁਸੀਂ ਨਾਮ ਜਪੋ ਉਹਦੇ ਨਾਲ ਤੁਹਾਡੇ ਸਰੀਰ ਦੇ ਰੋਗ ਕੱਟੇ ਜਾਣਗੇ, ਇਸ ਤਰ੍ਹਾਂ ਨਹੀਂ ਹੋਣਾ। ਇਹ ਸਰੀਰ ਰੋਗ ਤਾਂ ਸਾਡੇ ਗੁਰੂ ਸਾਹਿਬਾਨਾਂ ਨੂੰ ਆਪ ਹੀ ਲੱਗੇ ਸੀ, ਅਤੇ ਗੁਰੂ ਸਾਹਿਬ ਜੀ ਨੇ ਆਪ ਦਵਾਖਾਨੇ ਖੋਲ੍ਹੇ ਸਨ। ਸੋ ਜਦੋਂ ਵੀ ਮੈਂ ਕਈ ਵਾਰੀ ਮੈਂ ਵੀ ਜ਼ਿਕਰ ਕਰਦਾ ਅਤੇ ਹੋਰ ਵੀ ਗੁਰਬਾਣੀ ਜ਼ਿਕਰ ਜਿੱਥੇ ਵੀ ਆਉਂਦਾ ਹੈ, ਉੱਥੇ ਇਹ ਦੁੱਖ ਆਤਮਕ ਦੁੱਖਾਂ ਦੀ ਗੱਲ ਹੈ। ਸੋ ਬੇਸਿਕਲੀ ਤੁਹਾਡਾ ਕੋਈ ਵੀ ਪ੍ਰੋਬਲਮ ਨੂੰ ਫੇਸ ਕਰਨ ਦਾ ਤੁਹਾਡਾ ਨਜ਼ਰੀਆ ਜਿਹੜਾ ਉਹ ਬਦਲ ਜਾਂਦਾ ਹੈ, ਤੁਹਾਡੇ 'ਚ ਤਾਕਤ ਆ ਜਾਂਦੀ ਹੈ ਕਿ ਤੁਸੀਂ ਉਸ ਪ੍ਰੋਬਲਮ ਨੂੰ ਕਿਵੇਂ ਫੇਸ ਕਰਨਾ। ਬਿਲਕੁਲ। ਬਜਾਏ ਕਿ ਤੁਸੀਂ ਜਦੋਂ ਪ੍ਰੋਬਲਮ ਆਏ ਤਾਂ ਢਹਿ ਢੇਰੀ ਹੋ ਜਾਓ, ਚੜ੍ਹਦੀ ਕਲਾ ਵਿੱਚ ਰਹਿ ਕੇ ਕਿਵੇਂ ਤੁਸੀਂ ਉਸਨੂੰ ਫੇਸ ਕਰਨਾ, ਇਹ ਤੁਹਾਡੇ 'ਚੋਂ ਸ਼ਮਤਾ ਆ ਜਾਂਦੀ। ਬਿਲਕੁਲ ਜੀ। ਠੀਕ। ਅਕਾਲ ਪੁਰਖ ਪਰਮੇਸ਼ਰ ਦੀ ਯਾਦ ਵਿੱਚ ਜੁੜ ਕੇ ਆਤਮਕ ਸੁੱਖ ਪ੍ਰਾਪਤ ਕਰਨ ਦਾ ਤੁਹਾਨੂੰ ਰਸਤਾ ਪ੍ਰਾਪਤ ਹੋ ਜਾਂਦਾ ਹੈ। ਜੀ। ਵਣ ਤ੍ਰਿਣ ਢੂੰਡਤ ਫਿਰ ਰਹੀ ਮਨਮਹਿ ਕਰੋਂ ਵਿਚਾਰ। ਕਹਿਣ ਲੱਗੇ, ਉਸ ਅਕਾਲ ਪੁਰਖ ਪਰਮੇਸ਼ਰ ਨੂੰ ਲੱਭਣ ਵਾਸਤੇ ਮੈਂ ਜੰਗਲਾਂ ਦੇ ਵਿੱਚ ਢੂੰਡ ਢੂੰਡ ਕੇ ਥੱਕ ਗਈ ਹਾਂ। ਜੀਵ ਇਸਤਰੀ ਪਰਮਾਤਮਾ ਨੂੰ ਲੱਭਣ ਵਾਸਤੇ, ਜੀਵ ਮਨੁੱਖ ਕਈ ਵਾਰੀ ਜੰਗਲਾਂ ਦਾ ਸਹਾਰਾ ਲੈਂਦੇ ਕਿ ਉਹ ਜੰਗਲਾਂ 'ਚ ਬੈਠਿਆ, ਕੋਈ ਕਹਿੰਦਾ ਸੱਤਵੇਂ ਅਸਮਾਨ 'ਤੇ ਬੈਠਿਆ, ਕੋਈ ਕਹਿੰਦਾ ਤੀਰਥਾਂ ਯਾਤਰਾ ਕਰੋ ਉੱਥੇ ਜਾ ਕੇ ਮਿਲੇਗਾ। ਪਰ ਗੁਰਬਾਣੀ ਕਹਿੰਦੀ, ਕਹਿੰਦੇ ਫਿਰ ਜਦੋਂ ਮੈਂ ਹਾਰ ਕੇ ਥੱਕ ਕੇ ਆਪਣੇ ਮਨ ਵੀ ਵਿਚਾਰ ਕੀਤੀ, ਜੀਵਾਂ ਦੇ ਵੱਲੋਂ ਸਤਿਗੁਰੂ ਕਹਿੰਦੇ ਨੇ, ਮਨ ਮੈਂ ਕਰੋਂ ਵਿਚਾਰ, ਜਦੋਂ ਮੈਂ ਆਪਣੇ ਮਨ ਵਿੱਚ ਇਹ ਵਿਚਾਰ ਕੀਤੀ, ਸੋਚਿਆ
ਤਾਂ ਮੈਨੂੰ ਪਤਾ ਲੱਗਿਆ ਲਾਲ ਰਤਨ ਬਹੁ ਮਾਨਕੀ ਸਤਿਗੁਰ ਹੱਥ ਭੰਡਾਰ। ਉਹ ਅਕਾਲ ਪੁਰਖ ਪਰਮੇਸ਼ਰ ਜੋ ਲਾਲਾਂ ਅਤੇ ਰਤਨਾਂ ਅਤੇ ਮੋਤੀਆਂ ਪਾਓ ਇਹਨਾਂ ਸਭੀ ਸਾਰੇ ਹੀ ਰੱਬੀ ਗੁਣਾਂ ਦਾ ਖਜ਼ਾਨਾ ਹੈ ਜੀ। ਉਹ ਪਰਮੇਸ਼ਰ ਤਾਂ ਭਾਈ ਗੁਰੂ ਦੇ ਰਾਹੀਂ ਮਿਲਦਾ ਹੈ, ਸਤਿਗੁਰ ਹੱਥ ਭੰਡਾਰ, ਸਤਿਗੁਰੂ ਉਹਦੇ ਨਾਲ ਜੋੜਦਾ ਹੈ। ਗੁਰੂ ਦਾ ਗਿਆਨ ਉਸ ਪਰਮਾਤਮਾ ਦੇ ਸਰੂਪ ਦੀ ਤੈਨੂੰ ਪਛਾਣ ਕਰਾ ਦਿੰਦਾ ਹੈ। ਹੇ ਭਾਈ, ਗੁਰੂ ਨੂੰ ਮਿਲ ਕੇ ਮੈਂ ਉਸ ਪਰਮੇਸ਼ਰ ਦੇ ਸ਼ੁਭ ਗੁਣਾਂ ਦੇ ਨਾਲ ਡੂੰਘੀ ਜਾਣ ਪਛਾਣ ਬਣਾ ਲਈ ਹੈ ਅਤੇ ਹੁਣ ਮੇਰੀ ਭਟਕਣਾ ਮੁੱਕ ਗਈ ਹੈ। ਮੈਂ ਹੁਣ ਪਰਮਾਤਮਾ ਨੂੰ ਕਿਤੇ ਬਾਹਰ ਨਹੀਂ ਲੱਭਦਾ, ਕਿਤੇ ਬਾਹਰ ਨਹੀਂ ਦੇਖਦਾ, ਉਹ ਮੇਰੇ ਹਿਰਦੇ ਵਿੱਚ ਪ੍ਰਗਟ ਹੋ ਗਿਆ ਹੈ। ਅਤੇ ਜਿਵੇਂ ਪਵਨ ਬਾਣੀ ਸਤਿਗੁਰੂ ਨੇ ਬੜਾ ਸੁੰਦਰ ਫੁਰਮਾਨ ਕੀਤਾ, ਭਗਤ ਕਬੀਰ ਜੀ ਨੇ ਕਹਿੰਦੇ ਨੇ, ਕਈ ਲੋਕ ਕਹਿੰਦੇ ਨੇ ਕਿ ਰੱਬ ਮੱਕੇ ਵਿੱਚ ਕੇਵਲ ਇੱਕ ਮੰਦਰ ਵਿੱਚ ਬੈਠਿਆ ਹੋਇਆ ਹੈ, ਕਈ ਲੋਕ ਕਹਿੰਦੇ ਨੇ ਕਿ ਹਰੀ ਜਿਹੜਾ ਹੈ ਉਹ ਦੱਖਣ ਦਿਸ਼ਾ ਵਿੱਚ ਵੱਸਦਾ ਹੈ, ਪਰ ਭਗਤ ਜੀ ਕਹਿੰਦੇ ਨੇ ਦੱਖਣ ਦੇਸ਼ ਹਰੀ ਕਾ ਵਾਸਾ ਪੱਛਮ ਅੱਲਾ ਮੁਖਾਮਾ। ਜੇ ਤੁਸੀਂ ਕਹਿੰਦੇ ਹੋ ਕਿ ਉੱਥੇ ਰੱਬ ਵੱਸਦਾ ਤਾਂ ਫਿਰ ਸਾਰੀ ਦੁਨੀਆ ਸਾਰੀ ਦੁਨੀਆ ਕਿਹਦੇ ਆਸ ਰਿਹਾ, ਕਹਿੰਦੇ ਨੇ ਨਹੀਂ ਭਾਈ ਉੱਥੇ ਨਹੀਂ, ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠੋਰ ਮੁਕਾਮਾ। ਪਰਮਾਤਮਾ ਦੇ ਰਹਿਣ ਦੀ ਥਾਂ ਤਾਂ ਮਨੁੱਖ ਦਾ ਹਿਰਦਾ ਹੈ, ਇਹਦੇ ਅੰਦਰ ਵੱਸਦਾ ਹੈ ਭਾਈ, ਉਸਨੂੰ ਆਪਣੇ ਅੰਦਰ ਲੱਭੋ, ਬਾਹਰ ਭਟਕਣਾ ਜਿਹੜੀ ਉਹਨੂੰ ਛੱਡ ਦਿਉ। ਕਾਹੇ ਰੇ ਬੰਦ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਕਹਿਣ ਲੱਗੇ ਗੁਰੂ ਦੇ ਉਪਦੇਸ਼ ਦੇ ਨਾਲ ਜਦੋਂ ਮੈਂ ਆਪਣੇ ਮਨ ਵਿੱਚ ਵਿਚਾਰ ਕੀਤੀ ਤਾਂ ਮੈਂ ਭਟਕਣਾ ਤਿਆਗ ਕੇ ਉਸ ਪਰਮਾਤਮਾ ਨੂੰ ਮਿਲਣ ਦਾ ਤਰੀਕਾ ਅਪਣਾਇਆ ਕਿ ਮੈਂ ਆਪਣੇ ਆਪ ਨੂੰ ਇਸ ਯੋਗ ਬਣਾ ਸਕਾਂ ਕਿ ਪਰਮੇਸ਼ਰ ਮੇਰੇ ਹਿਰਦੇ ਵਿੱਚ ਆਪ ਆ ਕੇ ਵੱਸ ਜਾਏ। ਕਹਿਣ ਲੱਗੇ ਉੱਤਮ ਹੋਵਾਂ ਪ੍ਰਭ ਮਿਲੇ ਇੱਕ ਮਨ ਏਕੈ ਪਾਏ। ਕਹਿਣ ਲੱਗੇ ਜੇ ਮੈਂ ਅਵਗੁਣਾਂ ਨੂੰ ਤਿਆਗ ਕੇ ਵਿਸ਼ੇ ਵਿਕਾਰਾਂ ਨੂੰ ਛੱਡ ਕੇ ਸ੍ਰੇਸ਼ਟ ਜੀਵਨ ਵਾਲਾ ਬਣ ਜਾਵਾਂ, ਸਿਮਰਨ ਕਰਕੇ ਪ੍ਰਭੂ ਦੀ ਯਾਦ ਵਿੱਚ ਜੁੜ ਕੇ ਪਰਮੇਸ਼ਰ ਦੇ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰਕੇ ਜੇ ਮੈਂ ਸ੍ਰੇਸ਼ਟ ਜੀਵਨ ਵਾਲਾ ਬਣ ਜਾਵਾਂ ਤਾਂ ਉਹ ਪਰਮੇਸ਼ਰ ਆਪ ਹੀ ਮਿਲ ਪੈਂਦਾ ਹੈ, ਉਹਦੇ ਵਾਸਤੇ ਕੋਈ ਹੋਰ ਉੱਦਮ ਕਰਨ ਦੀ ਲੋੜ ਨਹੀਂ। ਕਹਿਣ ਲੱਗੇ ਇੱਕ ਮਨ ਏਕੈ ਪਾਏ, ਇੱਕ ਮਨ ਹੋ ਕੇ, ਸ਼ੁੱਧ ਮਨ ਹੋ ਕੇ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਲੱਗ ਕੇ ਜੇ ਮੈਂ ਉੱਤਮ ਜੀਵਨ ਵਾਲਾ ਬਣ ਜਾਵਾਂ ਤਾਂ ਪਰਮੇਸ਼ਰ ਮੇਰੇ ਹਿਰਦੇ ਵਿੱਚ ਆਪ ਵੱਸ ਜਾਏਗਾ, ਆਪ ਮੈਨੂੰ ਮਿਲ ਜਾਏਗਾ, ਮੈਨੂੰ ਜੰਗਲਾਂ ਵਿੱਚ ਤੀਰਥਾਂ ਆਦਿਕ 'ਤੇ ਭਟਕਣ ਦੀ ਲੋੜ ਨਹੀਂ ਰਹੇਗੀ। ਨਾਨਕ ਪ੍ਰੀਤਮ ਰਸ ਮਿਲੇ ਲਾਹਾ ਲੈ ਪਰਥਾਏ। ਕਹਿਣ ਲੱਗੇ ਹੇ ਨਾਨਕ ਆਖ, ਜੋ ਜੀਵ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਜੁੜ ਕੇ ਪ੍ਰਭੂ ਦਾ ਪਿਆਰ ਪ੍ਰਾਪਤ ਕਰਦਾ ਹੈ, ਕਹਿਣ ਲੱਗੇ ਉਹ ਮਨੁੱਖ ਲਾਹਾ ਲੈ ਪਰਥਾਏ, ਪਰਮਾਤਮਾ ਦੀ ਸਿਫ ਸਲਾਹ ਦਾ ਆਤਮਕ ਆਨੰਦ ਲੈ ਕੇ ਆਤਮਕ ਖੱਟੀ ਖਟਕੇ ਸੱਚਾਰ ਜੀਵਨ ਜਿਉਂਦਾ ਹੈ ਅਤੇ ਪਰਥਾਏ ਪਾ ਕੇ ਸਾਰੇ ਜੀਵਨ ਦੇ ਵਿੱਚ ਸਦਾ ਹੀ ਹਰ ਥਾਂ 'ਤੇ ਉਹ ਮਨੁੱਖ ਇੱਜ਼ਤ ਵਾਲੇ ਥਾਂ ਇੱਜ਼ਤ ਵਾਲਾ ਮੁਕਾਮ ਪ੍ਰਾਪਤ ਕਰਦਾ ਹੈ, ਆਦਰ ਪ੍ਰਾਪਤ ਕਰਦਾ ਹੈ ਅਤੇ ਨਾਮ ਦਾ ਲਾਹਾ ਪ੍ਰਾਪਤ ਕਰਦਾ, ਜਿਹਦੇ ਨਾਲ ਉਹਦੇ ਜੀਵਨ ਵਿੱਚ ਸਦਾ ਸੁੱਖ ਬਣਿਆ ਰਹਿੰਦਾ ਹੈ। ਕਹਿਣਗੇ ਰਚਨਾ ਰਾਚ ਜਿਨ ਰਚੀ ਜਿਨ ਸਿਰਿਆ ਆਕਾਰ, ਗੁਰਮੁਖ ਬੇਅੰਤ ਧਿਆਈ ਹੈ ਅੰਤ ਨਾ ਪਾਰਾਵਾਰ। ਹੇ ਭਾਈ, ਹੇ ਪਾਂਡੇ, ਤੂੰ ਮੂਰਤੀਆਂ ਦੀ ਪੂਜਾ ਕਰਦਾ ਹੈ, ਇੱਕ ਮੂਰਤੀ ਦੇ ਵਿੱਚ ਰੱਬ ਨੂੰ ਮੰਨ ਕੇ ਬੈਠਿਆ ਹੈ, ਭਾਈ ਦੇਖ ਜਿਸ ਅਕਾਲ ਪੁਰਖ ਪਰਮੇਸ਼ਰ ਨੇ ਇਸ ਸੰਸਾਰ ਦੀ ਰਚਨਾ ਆਪ ਰਚੀ ਹੈ, ਰਚਨਾ ਰਾਜ ਜਿਨ ਰਚੀ, ਜਿਸਨੇ ਸੰਸਾਰ ਦੀ ਸਿਰਜਣਾ ਕੀਤੀ ਹੈ, ਜਿਨ ਸਿਰਿਆ ਆਕਾਰ, ਜਿਸਨੇ ਜਗਤ ਦਾ ਇਹ ਸਾਰਾ ਢਾਂਚਾ ਆਪ ਬਣਾਇਆ ਹੋਇਆ ਹੈ। ਹੇ ਭਾਈ, ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰੂ ਦੀ ਮਤ ਲੈ ਕੇ ਉਸ ਸਦਾ ਰਹਿਣ ਵਾਲੇ ਨਿਰੰਕਾਰ ਪਰਮੇਸ਼ਰ ਦੀ ਸਿਫਤ ਸਲਾਹ ਕਰ, ਜਿਸਦਾ ਆਰ ਪਾਰ ਨਹੀਂ ਲੱਭਿਆ ਜਾ ਸਕਦਾ। ਰਚਨਾ ਰਾਚ ਜਿਨ ਰਚੀ ਜਿਨ ਸਿਰਿਆ ਆਕਾਰ, ਗੁਰਮੁਖ ਬੇਅੰਤ ਤਿਹਾਈ ਹੈ ਅੰਤ ਨਾ ਪਾਰਾਵਾਰ। ਉਸਦਾ ਕੋਈ ਅੰਤ ਨਹੀਂ ਪਾ ਸਕਦਾ, ਸਦਾ ਹੈ ਭਾਈ ਉਸ ਪਰਮਾਤਮਾ ਦੇ ਗੁਣਗਾ ਸਿਫ ਸਲਾਹ ਕਰ, ਜਿਸ ਦੇ ਨਾਲ ਤੇਰੇ ਜੀਵਨ ਵਿੱਚੋਂ ਔਗਣ ਦੂਰ ਹੋਣਗੇ, ਤੇਰੇ ਜੀਵਨ ਵਿੱਚ ਸ਼ੁਭ ਗੁਣ ਵਸਣਗੇ ਅਤੇ ਪਰਮਾਤਮਾ ਦੇ ਨਾਮ ਦੇ ਨਾਲ ਤੇਰੀ ਡੂੰਘੀ ਸਾਂਝ ਬਣੇਗੀ ਅਤੇ ਉਸਦੇ ਗੁਣ ਗਾਣੇ ਹਨ। ਅਤੇ ਉਹਦੇ ਅੱਗੇ ਇਹ ਅਰਦਾਸ ਕਰੀਏ ਕਿ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ ਹੈ ਮਾਲਕ, ਤੂੰ ਗੁਣਾਂ ਦਾ ਖਜ਼ਾਨਾ ਹੈ, ਮੈਂ ਤੇਰੇ ਕਿਹੜੇ ਕਿਹੜੇ ਗੁਣ ਦੀ ਗੱਲ ਕਰਾਂ। ਕਹਿਣ ਲੱਗੇ ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਅਤੇ ਉਹਦੇ ਅੱਗੇ ਇਹ ਆਖੀਏ ਕਿ ਹੇ ਪ੍ਰਭੂ, ਮੇਰਾ ਤੇਰੇ ਤੋਂ ਇਲਾਵਾ ਕੋਈ ਹੋਰ ਆਸਰਾ ਨਹੀਂ ਹੈ, ਮੈਂ ਤੇਰੀ ਸ਼ਰਨ ਵਿੱਚ ਹਾਂ, ਮਿਹਰ ਕਰ, ਮੈਂ ਸਦਾ ਤੇਰੀ ਸਿਫਤ ਸਲਾਹ ਕਰ ਸਕਾਂ, ਤੇਰਾ ਗੁਣਗਾਨ ਕਰ ਸਕਾਂ, ਅਤੇ ਮੇਰੇ ਮਨ ਵਿੱਚ ਤੇਰੇ ਪ੍ਰਤੀ ਸਦਾ ਭਰੋਸਾ ਬਣਿਆ ਰਹੇ, ਵਿਸ਼ਵਾਸ ਬਣਿਆ ਰਹੇ ਕਿ ਤੂੰ ਮੇਰੇ ਅੰਗ ਸੰਗ ਹੈ। ਜੇ ਮਨੁੱਖ ਉਸ ਨੂੰ ਆਪਣੇ ਨਾਲ ਜਾਣੇਗਾ ਤਾਂ ਬੁਰੇ ਕਰਮਾਂ ਤੋਂ ਬਚਿਆ ਰਹੇਗਾ ਅਤੇ ਚੰਗੇ ਕੰਮ ਕਰਨ ਵਾਸਤੇ ਪ੍ਰੇਰਿਤ ਹੁੰਦਾ ਰਹੇਗਾ। ਸਤਿਗੁਰੂ ਕਹਿੰਦੇ ਭਾਈ,
ਤੂੰ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਸਦਾ ਉਸ ਪਰਮਾਤਮਾ ਦੀ ਸਿਫਤ ਸਲਾਹ ਕਰ, ਉਸਦਾ ਗੁਣਗਾਨ ਕਰ ਜੋ ਤੇਰੀ ਰੱਖਿਆ ਕਰ ਰਿਹਾ, ਜਿਸਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ, ਸਾਰੇ ਸੰਸਾਰ ਦੀ ਪਾਲਣਾ ਕਰ ਰਿਹਾ ਹੈ, ਉਸ ਪ੍ਰਭੂ ਦੀ ਸਿਫਤ ਸਲਾਹ ਕਰ ਜਿਹਦੇ ਨਾਲ ਜੀਵਨ ਵਿੱਚ ਆਤਮਿਕ ਆਨੰਦ ਬਣਿਆ ਰਹੇਗਾ। ਸੋ ਬੇਸਿਕਲੀ ਸਿਫਤ ਸਲਾਹ ਦੀ ਜੇ ਤੁਸੀਂ ਗੱਲ ਕਰਦੇ ਹੋ ਤਾਂ ਰੱਬ ਨੂੰ ਤਾਂ ਸਿਫਤ ਸਲਾਹ ਦੀ ਲੋੜ ਨਹੀਂ ਹੈਗੀ, ਪਰ ਉਸ ਸਿਫਤ ਸਲਾਹ ਨੂੰ ਕਰਦੇ ਕਰਦੇ ਮਨ ਦੇ ਵਿੱਚ ਜਿਹੜਾ ਤੁਹਾਡੇ ਉਹ ਤਰੁੱਟੀਆਂ ਨੇ ਉਹ ਖਤਮ ਹੁੰਦੀਆਂ ਨੇ, ਅਤੇ ਉਸ ਨਾਲ ਤੁਸੀਂ ਉਸ ਸਹੀ ਰਸਤੇ 'ਤੇ ਤੁਰਦੇ ਹੋ ਜਿਹੜਾ ਕਿ ਗੁਰੂ ਕਹਿ ਰਿਹਾ ਕਿ ਤੁਸੀਂ ਉਸ ਰਸਤੇ 'ਤੇ ਤੁਰੋ ਜੀ। ਕਿਉਂਕਿ ਅੱਜ ਅਗੇਨ ਉਹੀ ਗੱਲ ਆ ਜਾਂਦੀ ਕਿ ਅੱਜ ਜੇਕਰ ਮੈਂ ਕੋਈ ਪੂਜਾ ਪਾਠ ਕਰ ਰਿਹਾ ਤਾਂ ਮੈਂ ਸ਼ਾਇਦ ਇਹ ਸਮਝਣਾ ਕਿ ਇਸ ਪੂਜਾ ਪਾਠ ਨੂੰ ਕਰਨ ਦੇ ਨਾਲ ਮੈਂ ਰੱਬ ਨੂੰ ਰੱਬ ਵਾਸਤੇ ਕਰ ਰਿਹਾ, ਜਦਕਿ ਉਹ ਚੀਜ਼ ਦਾ ਤਾਂ ਮਕਸਦ ਇਹ ਹੈ ਕਿ ਮੇਰੇ ਵਿੱਚ ਉਹ ਤਬਦੀਲੀਆਂ ਆਉਣ ਅਤੇ ਮੈਂ ਇੱਕ ਚੰਗਾ ਇਨਸਾਨ ਬਣ ਜੀ। ਤੁਹਾਡਾ ਧੰਨਵਾਦ ਜੀ ਇਸ ਵਿਆਖਿਆ ਲਈ ਇੱਥੇ ਆ ਕੇ ਜਿਹੜੀ ਸਾਂਝ ਪਾਈਏ। ਅਗਲੇ ਹਫ਼ਤੇ ਫਿਰ ਮੁੜ ਤੋਂ ਗੁਰੂ ਸਾਹਿਬ ਅੱਗੇ ਕੀ 47ਵੀਂ ਪੌੜੀ 'ਚ ਕਹਿੰਦੇ ਨੇ ਉਹ ਸਰਵਣ ਕਰਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ 604-603-7755 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰ ਸਕਦੇ ਹੋ harpreetsingshow@gmail.com। ਇਸ ਪ੍ਰੋਗਰਾਮ ਵਿੱਚ ਹਮੇਸ਼ਾ ਹੀ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਉਹਨਾਂ ਇਸ਼ੂਜ਼ ਉੱਤੇ ਡਿਸਕਸ਼ਨ ਕੀਤੀ ਜਾਏ ਜਿਹਦੇ ਨਾਲ ਕਿ ਰੋਜ਼ਮਰਾ ਜ਼ਿੰਦਗੀ ਨਾਲ ਸੰਬੰਧ ਹੁੰਦਾ ਹੈ। ਗੁਰਬਾਣੀ ਅਸੀਂ ਰੋਜ਼ ਪੜ੍ਹਨੇ ਹਾਂ, ਵੱਧ ਤੋਂ ਵੱਧ ਪੜ੍ਹਨੀ ਚਾਹੀਦੀ ਹੈ, ਪਰ ਗੁਰਬਾਣੀ ਜੇਕਰ ਸਿਰਫ ਅਸੀਂ ਪੜ੍ਹਨ ਤੱਕ ਹੀ ਸੀਮਤ ਕਰ ਦਾਂਗੇ ਤਾਂ ਜੋ ਰਿਜ਼ਲਟਸ ਨੇ ਅੱਜ ਸਾਡੇ ਸਾਹਮਣੇ ਆ ਰਹੇ ਨੇ, ਕਿਉਂਕਿ ਜਿਸ ਤਰ੍ਹਾਂ ਭਾਈ ਸਾਹਿਬ ਇਹ ਸਰਵਣ ਸਾਨੂੰ ਕਰਾਉਂਦੇ ਨੇ, ਵਿਆਖਿਆ ਕਰਦੇ ਹਾਂ, ਅਸੀਂ ਵੀ ਇਹ ਕਰ ਸਕਦੇ ਹਾਂ। ਅੱਜ ਸਾਡੇ ਘਰਾਂ ਦੇ ਵਿੱਚ ਪਹੁੰਚ ਚੁੱਕੇ ਨੇ ਆਈਫੋਨਸ ਜਿਹਨਾਂ ਦੇ ਵਿੱਚ ਕਿ ਸਾਰੀ ਟ੍ਰਾਂਸਲੇਸ਼ਨ ਸਾਡੇ ਕੋਲ ਅਵੇਲੇਬਲ ਹੈ। ਸੋ ਆਓ ਕੋਸ਼ਿਸ਼ ਕਰੀਏ ਭਾਵੇਂ ਇੱਕ ਸ਼ਬਦ ਹੀ ਪੜ੍ਹੀਏ ਆਪ, ਪਰ ਉਸਨੂੰ ਸਮਝ ਕੇ ਪੜ੍ਹੀਏ ਤਾਂ ਕਿ ਉਸ ਚੀਜ਼ ਨੂੰ ਅਸੀਂ ਗ੍ਰਹਿਣ ਕਰ ਸਕੀਏ ਅਤੇ ਗੁਰਬਾਣੀ ਦਾ ਜੋ ਸਹੀ ਮਕਸਦ ਹੈ ਉਸਨੂੰ ਅਸੀਂ ਪੂਰਾ ਕਰ ਸਕੀਏ। ਪ੍ਰੋਗਰਾਮ ਦੀ ਕਰਦੇ ਇੱਥੇ ਹੀ ਸਮਾਪਤੀ, ਫਿਰ ਮੁਲਾਕਾਤ ਹੋਏਗੀ, ਤਦ ਤੱਕ ਬਾਏ।